दोस्तों गढ़शंकर रोड तो लंघते पे सी अख ने किया है गौर जी कहिंदे कबोटा ट्रैक्टर बहुत सुथरा चलता है कबोटा ट्रैक्टर की बहुत है टौर जी सानू लग्या कि किसान मेला लग्या होया देखो दूर दूर तक कबोटा ट्रैक्टर ऑरेंज ऑरेंज रंग होई पई है सानू लग्या कि कबोटा ट्रैक्टर लेकिन अज 8 कबोटा ट्रैक्टर दी डिलीवरियां हो रही हैं ਵਿੱਚੋਂ ਇਹ ਆ ਸ਼ੋਰ ਜੀ ਵਿੱਚੋਂ ਇਹ ਆ ਸ਼ੋਰ ਜੀ ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇ ਸਿੰਘ ਸ਼ੇਰ ਤੁਹਾਨੂੰ ਵੀਡੀਓ ਕਿਸ ਵਾਪਸ ਤੋਂ ਵਾਲੀ ਦੋਸਤੋ ਗੜਸ਼ੰਕਰ ਰੋਡ ਤੇ ਮੌਜੂਦ ਆ ਬਾਬਾ ਵਿਸ਼ਕਰਮਾ ਟਰੈਕਟਰਸ ਦੀ ਏਜੰਸੀ ਤੇ ਮੌਜੂਦ ਆ ਵਰਕਸ਼ਾਪ ਵੀ ਵਿੱਚ ਹੀ ਹੈ ਔਰ ਲੰਘ ਰਹੇ ਸੀ ਉਹ ਲੱਗਿਆ ਕਿ ਜਿਵੇਂ ਕਿਸਾਨ ਮੇਲਾ ਹੈ ਪਹਿਲਾਂ ਬਹੁਤ ਸਾਰਾ ਇਕੱਠ ਹੋਇਆ ਸੀ ਉਹ ਵੀ ਤਸਵੀਰਾਂ ਦਿਖਾ ਦੇਵਾਂਗੇ ਪਰ ਜਦ ਇੱਥੇ ਪਹੁੰਚੇ ਤਾਂ ਪਤਾ ਲੱਗਿਆ ਕਿ 8 ਟਰੈਕਟਰਾਂ ਦੀ ਅੱਜ ਪਹਿਲੇ ਨਰਾਤੇ ਜਿਹੜੀ ਡਿਲੀਵਰੀ ਹੋਈ ਹੈ ਸਾਡੇ ਲਈ ਖਾਸ ਗੱਲ ਇਹ ਆ ਰੁਕਣ ਦੀ ਇਹ ਵੀ ਖਾਸ ਵਜ੍ਹਾ ਸੀ ਕਿ ਇੱਕ ਟਰੈਕਟਰ ਸਾਡੇ ਪਿੰਡ ਜਾ ਰਿਹਾ ਹੈ ਔਰ ਸਾਡੇ ਪਿੰਡ ਵਾਲੇ ਬਹੁਤ ਸੰਤੁਸ਼ਟ ਆ ਕਹਿੰਦੇ ਕਿ ਜੀ ਬਹੁਤ ਸੁਥਰਾ ਟਰੈਕਟਰ ਚੱਲਦਾ ਹੈ ਇਹ ਕਬੋਟਾ ਇਹ ਟਰੈਕਟਰ ਹੈ ਕਬੋਟਾ ਇਹਨੂੰ ਕਹਿੰਦੇ ਆ ਸਾਇਲੈਂਟ ਝੋਟਾ ਤੇ ਅੰਦਰ ਮੀਟਿੰਗ ਵੀ ਚੱਲਦੀ ਆ ਪਹਿਲਾਂ ਕਿਸਾਨ ਵੀਰਾਂ ਨੂੰ ਅੰਦਰੋਂ ਮੀਟਿੰਗ ਦੇ ਨਜ਼ਾਰੇ ਦਿਖਾਉਂਦੇ ਆ ਉਸ ਤੋਂ ਬਾਅਦ ਜ਼ਰੂਰ ਇੱਕ ਸਪੈਸ਼ਲ ਵੀਡੀਓ ਵੀ ਬਣਾਵਾਂਗੇ ਜਿਹੜੇ ਕਿਸਾਨ ਵੀਰਾਂ ਨੇ ਟਰੈਕਟਰ ਖਰੀਦਿਆ ਉਹਨਾਂ ਨਾਲ ਵੀ ਮੁਲਾਕਾਤ ਕਰਾਵਾਂਗੇ ਹੁਣ ਤੁਸੀਂ ਜਿਹੜੀਆਂ ਲਾਈਵ ਤਸਵੀਰਾਂ ਉਹ ਦੇਖ ਸਕਦੇ ਹੋ कंपनी ने 2015 जो ट्रैक्टर पंजाब की मार्केट को चाहिए 5501 स्टार्ट किया 55 HP कैटेगरी के विच ਤੇ ਉਸ ਟਰੈਕਟਰ ਦੇ ਨਾਲ ਕੰਪਨੀ ਨੂੰ ਬਹੁਤ ਵਧੀਆ ਜ਼ਿਮੀਦਾਰ ਭਰਾਵਾਂ ਤੋਂ ਹੁੰਗਾਰਾ ਮਿਲਿਆ ਰਿਸਪੌਂਸ ਮਿਲਿਆ ਤੇ ਉਸ ਤੋਂ ਬਾਅਦ ਕੰਪਨੀ ਨੇ 2018 ਦੇ ਵਿੱਚ ਇੱਕ 4501 ਟਰੈਕਟਰ ਲਾਂਚ ਕੀਤਾ ਤੇ ਰੀਸੈਂਟਲੀ ਜੇ ਗੱਲ ਕਰੀਏ ਤੇ ਦਸੰਬਰ 2021 ਦੇ ਵਿੱਚ ਕੰਪਨੀ ਨੇ ਟਰੈਕਟਰ ਲਾਂਚ ਕੀਤਾ 5502-3 ਸਪੀਡ ਦੇ ਵਿੱਚ ਜਦੋਂ ਦਾ ਇਹ ਟਰੈਕਟਰ ਪੰਜਾਬ ਵਿੱਚ ਲਾਂਚ ਹੋਇਆ ਤੇ ਇੰਨੀ ਜ਼ਿਆਦਾ ਡਿਮਾਂਡ ਟਰੈਕਟਰ ਦੀ ਆ ਰਹੀ ਹੈ ਤੁਸੀਂ ਸ਼ਾਇਦ ਜੇ ਯੂਨੀਵਰਸਿਟੀ ਕਿਸਨੇ ਮੇਲੇ ਤੇ ਗਏ ਹੋਣ ਤੁਸੀਂ ਦੇਖਿਓ ਕਬੋਟਾ ਦੇ ਸਟਾਲ ਤੇ ਬਹੁਤ ਜ਼ਿਆਦਾ ਰਸ਼ ਸੀ ਕਿਉਂਕਿ ਨਵੀਂ ਟੈਕਨੋਲੋਜੀ ਨਾਲ ਟਰੈਕਟਰ ਬਣਾਇਆ ਗਿਆ 5502-3 ਸਪੀਡ ਦੇ ਵਿੱਚ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਤੇ ਟਰੈਕਟਰ ਦੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਕੰਪਨੀ ਜਿਵੇਂ ਦੱਸਿਆ ਟਰੈਕਟਰ ਬਣਾਉਂਦੀ ਹੈ ਟਰੈਕਟਰ ਦੇ ਨਾਲ ਨਾਲ ਝੋਨਾ ਲਾਉਣ ਵਾਲੀ ਮਸ਼ੀਨ ਕੰਪਨੀ ਬਣਾਉਂਦੀ ਹੈ ਉਹਦੇ ਵਿੱਚ ਕੰਪਨੀ ਨੰਬਰ 1 ਇੰਡੀਆ 'ਚ ਸਭ ਤੋਂ ਵੱਧ ਝੋਨਾ ਲਾਉਣ ਵਾਲੀ ਮਸ਼ੀਨ ਅਗਰ ਵਿਕਦੀ ਹੈ ਤਾਂ ਕਬੋਟਾ ਕੰਪਨੀ ਦੀ ਹੈ ਦੂਜੇ ਨੰਬਰ ਤੇ ਕੰਪਨੀ ਕੰਬਾਈਨ ਬਣਾਉਂਦੀ ਹੈ ਇੱਕ ਟਰੈਕ ਕੰਬਾਈਨ ਹੁੰਦੀ ਹੈ ਜਿਹੜੀ ਚੇਨ ਵਾਲੀ ਹੁੰਦੀ ਹੈ ਆਪਣੇ ਪੰਜਾਬ 'ਚ ਤਾਂ ਟਾਇਰਾਂ ਵਾਲੀ ਕੰਬਾਈਨ ਚੱਲਦੀਆਂ ਨੇ ਬਟ ਸਾਊਥ ਦੇ ਵਿੱਚ ਚੱਲੀਏ ਜਿੱਥੇ 3-3 ਵਾਰ ਝੋਨਾ ਲੱਗਦਾ ਤੇ ਪਾਣੀ ਵੀ ਕਾਫੀ ਉੱਪਰਲੇ ਲੈਵਲ ਦੇ ਹੈ ਤੇ ਉੱਥੇ ਟਰੈਕ ਵਾਲੀ ਮਸ਼ੀਨ ਚੱਲਦੀ ਹੈ ਕੰਬਾਈਨ ਹਾਰਵੈਸਟ ਉਹਦੇ ਵਿੱਚ ਵੀ ਕੰਪਨੀ ਇੰਡੀਆ ਦੇ ਵਿੱਚ ਨੰਬਰ 1 ਹੈ ਸਭ ਤੋਂ ਵੱਧ ਜੇ ਟਰੈਕ ਦੀ ਕੰਬਾਈਨ ਵਿਕਦੀ ਹੈ ਚੇਨ ਵਾਲੀ ਉਹ ਕਬੋਟਾ ਕੰਪਨੀ ਦੀ ਵਿਕਦੀ ਹੈ ਚੌਥੀ ਚੀਜ਼ ਕੰਪਨੀ ਨੇ ਹੁਣੇ ਪਿਛਲੇ ਸਾਲ ਕੰਸਟਰਕਸ਼ਨ ਇਕਵਿਪਮੈਂਟ ਜਿੱਦਾਂ ਕਿ JCB ਹੁੰਦੀ ਉਸ ਤਰ੍ਹਾਂ ਦੀ ਛੋਟੀ ਮਸ਼ੀਨ ਕੰਪਨੀ ਨੇ ਕਬੋਟਾ ਨੇ ਤਿਆਰ ਕੀਤੀ ਹੈ ਤੇ ਉਹ ਵੀ ਕੰਪਨੀ ਬਹੁਤ ਅੱਛੀ ਕੁਆਲਿਟੀ ਦੀ ਹੈ ਮਤਲਬ 4 ਪ੍ਰੋਡਕਟ ਕੰਪਨੀ ਇੰਡੀਆ ਦੇ ਵਿੱਚ ਬਣਾ ਰਹੀ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਹੋਰ ਵੀ ਨਵੇਂ ਪ੍ਰੋਡਕਟ ਮਿਲਣਗੇ ਇੱਕ ਮੈਂ ਗੱਲ ਪੁੱਛਣਾ ਚਾਹਾਂਗਾ ਕਿਸਨੇ ਸੁਣਿਆ ਪਿੱਛੇ ਜੇ ਸਕੋਰਡ ਤੇ ਕਬੋਟਾ ਦਾ ਕੋਈ ਟਾਈ ਅਪ ਹੋਇਆ ਸੁਣਿਆ ਕਿਸਨੇ ਵੀ ਇਦਾਂ ਦਾ ਕੁਝ ਹੋਇਆ ਹਾਂਜੀ ਮਤਲਬ ਹੈ ਕੋਈ ਦੱਸ ਸਕਦਾ ਜੀ ਕੀ ਚੀਜ਼ ਹੈ ਉਹ ਮਾੜਾ ਆਈਡੀਆ ਜਿੰਨਾ ਕੁ ਤੁਹਾਨੂੰ ਪਤਾ ਲੱਗਿਆ ਕੀ ਚੀਜ਼ ਹੈ ਉਹ देखो भाजी नो सुनिया हैगा टाई मैं थोनो थोड़ी क्लियर दस देना भी टाई अप की हैगा ਕਬੋਟਾ ਕੰਪਨੀ ਨੇ ਫਾਰਮ ਟਰੈਕ ਕੰਪਨੀ ਜਿਹੜੀ ਸਕੋਰਡ ਕੰਪਨੀ ਹੈ ਉਹਦੇ ਵਿੱਚ 9400 ਕਰੋੜ ਰੁਪਏ ਇਨਵੈਸਟ ਕੀਤਾ ਮਤਲਬ ਕਬੋਟਾ ਨੇ ਫਾਰਮ ਟਰੈਕ ਦੇ ਵਿੱਚ 9400 ਕਰੋੜ ਇਨਵੈਸਟ ਕੀਤਾ ਤੇ ਹੁਣ ਕਬੋਟਾ ਦਾ ਜਿਹੜਾ ਸ਼ੇਅਰ ਹੈ ਫਾਰਮ ਟਰੈਕ ਗਰੁੱਪ ਦੇ ਵਿੱਚ ਉਹ 53 point something ਹੈ 53% ਮਾਰਕੀਟ ਆਪਣਾ ਸ਼ੇਅਰ ਕਬੋਟਾ ਕੰਪਨੀ ਦਾ ਤੇ ਆਪਣੀ ਗਵਰਨਮੈਂਟ ਦੀ ਪਾਲਿਸੀ ਹੈ ਕੋਈ ਵੀ ਕੰਪਨੀ ਜੇ ਬਾਹਰੋਂ ਆ ਕੇ ਇੰਡੀਆ ਦੇ ਵਿੱਚ ਇਨਵੈਸਟ ਕਰਦੀ ਹੈ ਉਹਦੀ ਜਿਹੜੀ ਇਨਵੈਸਟਮੈਂਟ ਹੈ ਉਹਦਾ ਸ਼ੇਅਰ ਹੈ 50% ਤੋਂ ਉੱਪਰ ਜਾਂਦਾ ਤਾਂ ਉਹਦੇ ਕੋਲ ਮਾਲਕੀ ਹੁੰਦੀ ਹੈ ਇਸ ਸਮੇਂ ਜਿਹੜੀ ਫਾਰਮ ਟਰੈਕ ਕੰਪਨੀ ਦਾ ਮਾਲਕ ਹੈ ਉਹ ਕਬੋਟਾ ਕੰਪਨੀ ਹੈ ਫਾਰਮ ਟਰੈਕ ਕੰਪਨੀ ਦੇ ਮਾਲਕ ਜਿਹੜੇ ਹੈਗੇ ਨੇ ਕਬੋਟਾ ਕੰਪਨੀ ਹੈ ਕਬੋਟਾ ਕੰਪਨੀ ਡਰਾਈਵਰ ਸੀਟ ਤੇ ਹੈ ਕਬੋਟਾ ਕੰਪਨੀ ਹੀ ਡਰਾਈਵ ਕਰੇਗੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਲੱਗ-ਅਲੱਗ ਬ੍ਰਾਂਡ ਮਿਲਣਗੇ ਕਬੋਟਾ ਦਾ ਬ੍ਰਾਂਡ ਅਲੱਗ ਹੋਊਗਾ ਸਕੋਰਡ ਦਾ ਅਲੱਗ ਹੋਊਗਾ ਉਹ ਸਾਰਾ ਪੈਰਲਲੀ ਚੱਲਦਾ ਰਹੇਗਾ ਬਟ ਇਹ ਹੈ ਕਿ ਕੰਪਨੀ ਨੇ ਸਾਰੀ ਕੰਪਨੀ ਖਰੀਦ ਲਈ ਹੈ
ये मैं थोनों तां दसना चाहना कई जिमीदार भरा नवे ने है ना कई बार मिसगाइड भी किए जाते कि कल कंपनी नवी आई है तो कल सर्विस के जिमीदार भरा आ सकती है दिक्कत आ सकती है पर यह जी कोई गल नहीं जी कंपनी ने 9400 करोड़ इनवैसट किए इंडिया के बहुत लंबे समय लिए इंडिया आई है ना तो आने वाले कंपनी का जोड़ा टीचा हैगा इंडिया के तुसी 4-5 साल से देखोगे और भी नवे प्रोडक्ट आएंगे तो कंपनी की जिहड़ी ग्रोथ है बहुत बढ़िया चल रही है इंडिया के विच। इहदे नाल नाल मैं प्रोडक्ट बारे गल करना चाहवागा जिवें कि तुहानूं दस्सिया सी 5502 जिहड़ा कि पंजाब दे विच लॉन्च किया गया स्पैशल पंजाब की मार्केट नूं देखदे हुए 3-speed ट्रैक्टर जिमीदारां नूं चाहिए सी उहदे बारे मैं थोड़ा दसना चाहवागा। यह जिहड़ा ट्रैक्टर है कंपनी ने 55 कैटेगरी के लॉन्च किया 2-wheel ते 4-wheel दोनों ही ड्राइव दे विच ट्रैक्टर आ रहे हैं 55 HP कैटेगरी दे विच है। इहदे विच खास की है टेक्नोलॉजी वाइज मैं तुहानूं वह पॉइंट दसांगा जिहड़ा तुहानूं किसी भी ट्रैक्टर च देखण नूं नहीं मिलणगे। मैं उहो जी गल नहीं दसूंगा जे बाकियां च वी उह टेक्नोलॉजी दसांगा जिहड़ी तुहानूं कबोटा च मिलेगी फ्यूचर च भी कबोटा च ही रहेगी। नंबर 1 इहदे तुसीं सुणिया गए कबोटा ट्रैक्टर जिहड़े वाइब्रेट नहीं करदे है ना बिल्कुल कंबदे नहीं गे नॉइज नहीं करदे सुणिया ना भाजी इदां दी गल। कारण की है कबोटा कंपनी जो इंजन है ये 2 बलेंसर शाफ्ट लगी होंगे ने दोनों पासे बलेंसर शाफ्ट लगी होंगे ने जो थोड़ी क्रैंक घूमती है पिस्टन चलते हैं जोड़ा अपनी बलेंसर शाफ्ट है ये डबल स्पीड के नाल घूमती है ताकि जी नॉइज क्रैंक तो आती है उन्होंने खत्म कर देती है कोई वाइब्रेशन नहीं होंगी। हूँ यूनिवर्सिटी से लखा जिमीदार आए सारे ने करके देखा कि पेन भी टकया मोबाइल भी रखिया पानी की बोटल भी उल्टी करके रखी फुल स्पीड भी करती है ना 2200, 2300, 2400 पर हिले नहीं गए ईवन पेन तक नहीं गिरे बहुत वीडियो वायरल हुई ने 2-3 दिनों के बलेंसर शाफ्ट है। फायदा कि जिमीदार नू की है जे जिमीदार ने जिवें अपना काम करना है किराए का काम करना है ना जे तुसीं आम ट्रैक्टर के नाल 8-7 घंटे चलाने हो थकावट हो जाती है ये ट्रैक्टर इदा का है कि इन्ना कंफर्ट है तुसीं 12-12 घंटे 10-10 घंटे लगातार इस ट्रैक्टर नाल चला सकते हो थकावट शरीर के नहीं होगी तो ट्रैक्टर की मेंटेनेंस बहुत घट होगी क्योंकि एक ट्रैक्टर 10 साल चलाना कंबी जाएगा वाइब्रेट होएगा उस मेंटेनेंस ज़्यादा मंगेगा बट ये ट्रैक्टर कोई मेंटेनेंस नहीं। नंबर 1 दूजी गल ये भाजी 4-valve system है 4-valve system आप देसी गल करिए जेडे सिलेंडर ने दोनों ट्रैक्टर 45 ते 55 4 सिलेंडर ट्रैक्टर है तो 1 पिस्टन के उत्ते 4 valve लगे हुए हैं 1 पिस्टन से 4 valve लगे ने वाल्व मैं देसी गल करदा भी वाल्व की होंगे ने कोई भी इंजन है वाल्व है ये 2 valve चो हवा अंदर जाती है तो 2 चो बाहर जाती है 4 सिलेंडर हो गए टोटल किन्ने वाल्व हो गए भाजी 16 हो गए ना जी 16 चो कि 8 दे विच इंजन च हवा जाती है 8 चो धुआं बाहर जाता मतलब ये यदा फायदा की है इंजन के जिनी हवा ज़्यादा जाती है वो डीजल के नाल मिक्सचर वधिया बनता सारा ब्लास्ट हुंदा ते पावर बहुत जबरदस्त बनती है मतलब टर्बो इंजन भी जोड़े आए थे 10 साल पहले उन्होंने काम भी की सी हवा च हवा इंजन च हवा भेज देते सीगे ते जैपनीज ने की किया इन्होंने वाल्व भी 4 valve करते 1 piston दे कोई कंपनी सोच नहीं सकती नवी टेक्नोलॉजी लैके आए हैं। हूँ जिन्हें भी ट्रैक्टर मार्केट च आ गए ने बाकियों की गल करिए उन्होंने उत्ते 1 सिलेंडर ते 2 valve होंगे ने तो 3 सिलेंडर होंगे ने ते 6 valve हो गए टोटल 6 ते कित्थे कबोटा भाजी 16 valve ने मतलब सोच ही नहीं सकते ये पेटेंट टेक्नोलॉजी ने कबोटा दी। तीसरी चीज़ जिहड़ा नोजल तो पिस्टन दे उत्ते स्प्रे हुंदा ना भाजी स्प्रे हुंदा इहदे जिहड़े ECDI इंजन है इको सेंट्रिक डायरेक्ट इंजैक्शन है मतलब पहले DI तो पहले 7 दे आंदे सी पहले DI इंजन आ गए ये उपर दी टेक्नोलॉजी है इहदे जिहड़ा स्प्रे हुंदा नोजल तो सीधा डायरेक्ट फुहारा बनता इहदे ते जिद्दां अजकल बाथरूम दे उत्ते फुहारे आंदे ने छत तो लगदे ने उस तरह डायरेक्ट 90° तो डीजल गिरदा है पिस्टन दे उत्ते सारे पासे डीजल है सारा डीजल मचदा ते जिमीदार दी डीजल। चौथी चीज़ भाजी इहदे विच की है कि सिंक्रोमैश गेयरबॉक्स है जिद्दां तुसीं कारा चलाने हो कारा दे गेयर चेंज करदे हो आवाज़ नहीं आती हाई स्पीड ते चलते चलते चौथे तो तीजे ते पहले ते शिफ्ट कर लैंदे हो इस तरीके नाल तुसी कोई भी कंपनी का ट्रैक्टर बराबर चला लो हाई स्पीड ते ले जाके चौथे तो तीजे दे करके देखियो दूजे दे नाल ही पहले ते नहीं होएगा हुंदा भाजी नहीं हुंदा कड़कड़ कर गेयर भन सकदा कोई स्मार्ट ड्राइवर कर भी लेगा पर नहीं हुंदा कबोटा ट्रैक्टर तुसी चलाओ रोड ते जांदे जांदे पहले लो ते भी ट्रैक्टर आ जाएगा ये सिर्फ सिंक्रोमैश टेक्नोलॉजी नाल है इहदा जिहड़ा गेयर बॉक्स है फुली सिंक्रोमैश है कईयां चाहते ने वह पार्शल होंगे ने तो वे एक्सट्रा पैसे लेने पैंदे ने कबोटा के सारे ट्रैक्टर के ही सिंक्रोमैश गेयरबॉक्स कंपनी वालों स्टैंडर्ड फिटमेंट के दिता जाता है तो
अगली चीज़ सब तो वड्डी चीज़ की है फोर व्हील। अज पंजाब दे विच फोर व्हील ड्राइव बहुत विकदा। साडे यूनिवर्सिटी दे विच तकरीबन 55 बुकिंग हुई हैं, 55-54 बुकिंग हुई हैं, उहदा विचों साडे 35 ट्रैक्टर जिहड़े ने फोर व्हील बुक हुए ने भाजी, 35 ट्रैक्टर फोर व्हील बुक हुए ने। कारण की है, जिहड़ी कबोटा की फोर व्हील की टैक्नोलॉजी है किसी भी कंपनी च नहीं गी, ना कदे आने वाली है। जे तुसीं चलाए कबोटा हैगे भाजी फोर व्हील किसे कोल, फोर व्हील वाले हैगे इत्थे कोई वीर जी? नहीं है तो चलान तो बाद जाके देखियो, एक बार टेस्ट ड्राइव लैके देखियो। कारण की है, फोर व्हील जिहड़े कंपनी के ट्रैक्टर ने बैवल गेयर टैक्नोलॉजी के नाल बनाए गए हैं। बैवल गेयर टैक्नोलॉजी ये की है कि अगला हिस्सा जिन्ना भी है वह सील्ड है, तेल के डुबे हुआ है। अगला हिस्सा जिन्ना भी अपने 5502 है कबोटा के, तेल में सारा सील्ड है, तो बैवल गेयर लगे ने दोनों पासे। जे तुसीं टर्न करोगे वो 60 डिग्री तक घूम जाते हैं, टर्निंग रेडियस बहुत घट है। जे तुसीं आलू की खेती करनी है ना, जाके आटोमैटिक प्लांटर है, इको रो दे विच घूमना उत्थे घूम गया ना, कबोटा ट्रैक्टर उत्थे घूम सकदा, बाकी उत्थे ही 2-4 मिनट लगा देंगे। बहुत घट टर्निंग रेडियस है कबोटा ट्रैक्टर का। इहदे नाल इक होर फायदा, जिवें हुण तुसीं कद्दू करदे हो ना, कद्दू दे विचों ट्रैक्टर बाहर कढ़दे हो सीजन लगा के, तो ट्रैक्टर रिपेयर मंगते हैं, क्रॉस रिपेयर मंगते हैं, पानी अंदर चला जाता, बट यदा हिस्सा सील्ड है, रिपेयर नहीं मंगते, धो के तुम ट्रैक्टर अपनी कोठी खड़ा कर दो। ये टैक्नोलॉजी है, ये सिर्फ कबोटा चाहे किसी ट्रैक्टर जिदा की टैक्नोलॉजी नहीं। मेरी एक बेनती है, तुम जाने तो पहला एक बार कबोटा के फोर व्हील से चढ़ के जरूर देखियो, तो घुमा के देखियो टर्निंग रेडियस, एक उंगल के नाल ही घुमा के देखियो। तीजी चीज़ अपनी अगली चीज़ मैं तुम्हें दसदा, जो पावर शेयरिंग है दो सिलेंडर के नाल, ये बाकी एक वन एक्टिंग सिलेंडर आते, ये दो पावर शेयरिंग सिलेंडर है, तुम घुमाओगे एक हाथ के नाल ही पावर शेयरिंग घूम जाता, तो जोड़ा ड्राइवर लिए कंफर्ट है। तुम बड़े आराम नाल जे तुम इनोवा गड्डिया चलाइया ने, इनोवा गड्डी चला के कबोटा ट्रैक्टर पर बिठाओ, तो थोड़ा ये ट्रैक्टर भी बहुत लाइट लगेगा चलना, कंफर्ट लगेगा, बड़े आराम नाल चलाओगे, बॉडी थकावट नहीं आती हैगी। ये सारी टैक्नोलॉजियां कबोटा ने ट्रैक्टर के ला के दतिया ने। इस तो अलावा जे अपना होर गल करिए ना, होर कई फीचर्स दिते ने, जिदा कि जे तुसी एक कंपनी फीचर हैगा, जे तुसी ट्रैक्टर कबोटा लैने हो, तुसी ड्यूल पीटीओ च ट्रैक्टर ले लिया ना, उहदे च 540 ते 750 चक्कर मिलते हैं दो, ते अगले सीजन तुसी रीपर चलाना, थोनों रिवर्स पीटीओ चाहिए है, तो ये पिछे 4 नट लगे ने, तुसी नट खोल के है ना गरारी विच पा दो, ड्यूल तो रिवर्स पीटीओ बन जाएगी भाजी। किसी ट्रैक्टर देखिए इदा का ऑप्शन किसी ट्रैक्टर नहीं हैगी है ना। जे तुसी रिवर्स पीटीओ ट्रैक्टर लिया, तुसी ड्यूल पीटीओ च करना है ना 750, तो जिमें जनरेटर हो गए मोटर चलानिया ने है ना, तो वह करना तुसी पिछे गरारी पैंदी ने, लैके सैट ला सकते हो उन्हों रिवर्स, तो तुसी ड्यूल पीटीओ विच बना सकते हो। तो ये जिहड़ी मैं थोनों ये चीज़ा दस रहा, बाकी थोनों मिलनी नहीं चीज़ा। सब तो वड्डी जिहड़ी खासियत है ट्रैक्टर की, डीजल की खपत। अब जिन्हें भी जिमीदार भरा बैठे ने, इको कंसर्न है सारे का भी डीजल ट्रैक्टर घट खाना चाहिए है ना। सारी कंपनी कहें घट खाते, असं किसी निंदते नहीं, सारे ट्रैक्टर वधिया ने आपकी आपकी थान से, सारे कहें घट खाते हैं, पर तुसी जे चैक करना कबोटा ट्रैक्टर लैके जाओ डीलरशिप तो, एक घंटा चलाओ, अद्धा घंटा चलाओ, साइड से बीकर लगाओ। असं जिन्हें भी डेमो दें पंजाब ऑल इंडिया साढ़े कबोटा ट्रैक्टर नाल, साइड से बीकर लग्या हुंदा 5 लीटर का 10 लीटर का, जिमीदार भरा ड्रेस बिठा दें भाजी अद्धा घंटा चलाओ तो देखो किन्ना डीजल खाता, बार बार ही पता लग जाता। देखे किसने डेमो जी इन्हों है ना, बीकर लगाए होंगे ने हमेशा कबोटा के, मतलब इदा नहीं कहने हवा च गल है, तुम अद्धा घंटा यह चलाओ अद्धा घंटा दूजा चलाओ, तो थोड़ा अपने आप पता लग जाओ भाई ट्रैक्टर कितना घट डीजल खाता। असी कंपनी घट्टो घट 1 लीटर डीजल कहने, 1 लीटर डीजल जो कबोटा ट्रैक्टर है बाकी ट्रैक्टर नालों घट खाऊगा, ये लिखत दे विच है, कोई हवा ही गल्ला नहीं गया। चैक करो तुम, टेस्ट डेमो लो, टेस्ट ड्राइव लो, डेमो लो, तुम 1 लीटर जो जिमीदार का 1 घंटे बचता, जिमें जिमीदार भरा किराए का काम भी करते हैं है ना, तो जे ला के चलीए 1000 घंटे जिमीदार ट्रैक्टर साल का चला, तो साल का कितना लीटर बच गया भाजी, 1000 लीटर बच गया, तो अजक 85 रुपये ला के चलो जो डीजल है, तो 85,000 का जिमीदार एक साल के कबोटा ट्रैक्टर चला के डीजल वालों बचत होएगी। तो जिमीदार इदा कोई नहीं कि नवा ट्रैक्टर लैके 2 साल बेचता, एवरेज ट्रैक्टर 5 साल तो चलते ही चलता है, तो मोटा मोटा ला के चलो 4.25 लाख रुपए का, 4.5 लाख का तुम डीजल वालों ही बचा सकते हो, डीजल वालों ही बचा सकते हो। अज तुम कबोटा का कोई भी जिमीदार जो नवा शहर से है, वो गल करके देखियो भाई सीजन लगाया तो किन्ना क ट्रैक्टर डीजल बचाता, साड़ी गल तो ना जिमीदार ना गल करो, आप तुम डेमो लैके खुद तजर्बा करो है ना,
ਤੇ ਇਸੇ ਕਰਕੇ ਹੈ ਕਿ ਕਬੋਟਾ ਗਰੋਥ ਬਹੁਤ ਜ਼ਿਆਦਾ ਕਰ ਰਹੀ ਹੈ। ਜਿਹੜੇ ਜ਼ਿਮੀਂਦਾਰ ਭਰਾ ਇੱਕ ਵਾਰ ਟਰੈਕਟਰ ਲੈ ਜਾਂਦੇ ਨੇ, ਮੁੜ ਕੇ ਆਪਣੇ ਰਿਸ਼ਤੇਦਾਰਾਂ ਨੂੰ ਦਵਾਉਂਦੇ ਨੇ, ਗੁਆਂਢੀਆਂ ਨੂੰ ਵੀ ਦਵਾਉਂਦੇ, ਅਤੇ ਆਪ ਵੀ ਜਦੋਂ ਚੇਂਜ ਕਰਦੇ ਨੇ ਕਬੋਟਾ ਟਰੈਕਟਰ ਹੀ ਲੈਂਦੇ ਨੇ। ਇੱਕ ਹੋਰ ਗੱਲ ਕਰਨਾ ਚਾਹਾਂਗਾ, ਰਿਪੇਅਰ ਜਿਹੜੀ ਟਰੈਕਟਰ ਦੀ ਮੈਂਟੇਨੈਂਸ ਹੈ ਨਾ ਭਾਈ, ਬਹੁਤ ਘੱਟ ਹੈ, ਬਹੁਤ ਜ਼ਿਆਦਾ ਘੱਟ ਹੈ। ਤੁਸੀਂ ਕਬੋਟਾ ਦੀ ਡੀਲਰਸ਼ਿਪਾਂ ਦੇਖਿਓ, ਪੰਜਾਬ 'ਚ ਜਾ ਕੇ ਟਰੈਕਟਰ ਨਹੀਂ ਤੁਹਾਨੂੰ ਡੀਲਰਸ਼ਿਪਾਂ ਦੇ ਖੁੱਲ੍ਹੇ ਮਿਲਣਗੇ, ਟਰੈਕਟਰ ਨਹੀਂ ਮਿਲਣਗੇ। ਐ ਨਹੀਂ ਕਹਿੰਦੇ ਕਿ ਦੇਖੋ ਕੰਪਲੇਂਟ ਤਾਂ ਮਰਸਡੀਜ਼ ਵਿੱਚ ਵੀ ਆ ਜਾਂਦੀ ਹੈ, ਅਤੇ ਬਟ ਬਹੁਤ ਘੱਟ ਕੰਪਲੇਂਟ ਹੈ ਟਰੈਕਟਰ ਦੀ, ਅਤੇ ਸਪੇਅਰ ਪਾਰਟ ਸਾਰਾ ਅਵੇਲੇਬਲ ਹੈ। ਸਪੇਅਰ ਪਾਰਟ ਵੱਲੋਂ ਕੋਈ ਟੈਨਸ਼ਨ ਨਹੀਂ, ਕੋਈ ਦਿੱਕਤ ਪਰੇਸ਼ਾਨੀ ਨਹੀਂ। ਸਾਡੀ ਪੰਜਾਬ ਦੇ ਵਿੱਚ 16 ਡੀਲਰ ਨੇ, ਇੱਥੋਂ ਸ਼ੁਰੂ ਹੋ ਜਾਓ ਰੋਪੜ ਤੋਂ ਲੈ ਕੇ ਅੰਮ੍ਰਿਤਸਰ ਤੱਕ, ਸਾਰੇ ਭਰੇ ਹੋਏ ਨੇ। ਉੱਧਰ ਮਾਲਵੇ ਦੇ ਵਿੱਚ 2 ਡਿਸਟ੍ਰਿਕਟਾਂ ਖਾਲੀ ਰਹਿ ਗਈਆਂ, ਬਾਕੀ ਸਾਰੇ ਪੰਜਾਬ ਸਾਡੇ ਡੀਲਰ ਨੇ। ਅਤੇ ਡੀਲਰ ਦੇ ਨੈਟਵਰਕ ਵੀ ਦੇਖੋਗੇ, ਅਸੀਂ ਜਦੋਂ ਡੀਲਰਸ਼ਿਪ ਬਣਾਉਂਦੇ ਹਾਂ ਸ਼ੋਰੂਮ ਅਸੀਂ ਵੱਡਾ ਲੈਂਦੇ ਹਾਂ, ਤਕਰੀਬਨ 2500 ਸਕੁਅਰ ਫੀਟ ਦਾ ਵੀ, 30 ਫੁੱਟ ਘੱਟੋ ਘੱਟ ਫਰੰਟ ਹੋਣਾ ਚਾਹੀਦਾ ਸ਼ੋਰੂਮ ਦਾ, ਇੰਨੇ ਅਸੀਂ ਸ਼ੋਰੂਮ 'ਤੇ ਡੀਲਰ ਸਟਾਰਟ ਕਰਦੇ ਹਾਂ। ਕਿਉਂਕਿ ਤੁਸੀਂ ਟਰੈਕਟਰ ਮਹਿੰਗਾ ਟਰੈਕਟਰ ਖਰੀਦਦੇ ਹੋ, ਵਧੀਆ ਲੈਂਦੇ ਹੋ, ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਕਿ ਕੱਲ੍ਹ ਵਰਕਸ਼ਾਪ ਬਹੁਤ ਵਧੀਆ। ਤੁਸੀਂ ਦੇਖੀ ਭਾਅ ਜੀ ਵਰਕਸ਼ਾਪ, ਪਹਿਲੇ ਵਰਕਸ਼ਾਪ ਵਧੀਆ। ਇਸ ਤੋਂ ਪਹਿਲਾਂ ਅਸੀਂ ਪਰਲਾ ਸ਼ੋਰੂਮ ਲਿਆ ਸੀ, ਉਹ ਇਸ ਤੋਂ ਵੱਡਾ ਸੀਗਾ, ਪਰ ਉਹ ਥੋੜ੍ਹਾ ਜਿਹਾ ਬਰਸਾਤਾਂ ਦੇ ਵਿੱਚ ਉਹ ਵਰਕਸ਼ਾਪ ਦੇ ਵਿੱਚ ਪਾਣੀ ਭਰ ਜਾਂਦਾ, ਇਸ ਕਰਕੇ ਦੁਬਾਰਾ ਅਸੀਂ ਇੱਥੇ ਸ਼ਿਫਟ ਕੀਤਾ ਹੈ। ਅਤੇ ਬਾਕੀ ਟਰੈਕਟਰ ਲੈਣ ਦੇ ਨਾਲ ਜਿਹੜੀ ਵਾਰੰਟੀ ਹੈ, ਕੰਪਨੀ 5 ਸਾਲ ਦੀ ਵਾਰੰਟੀ ਦਿੰਦੀ ਹੈ, ਠੀਕ ਹੈ। 5 ਸਾਲ ਜਾਂ 5000 ਘੰਟੇ ਜਿਹੜੇ ਵੀ ਪਹਿਲੇ ਕੰਪਲੀਟ ਹੋ ਜਾਂਦੇ ਨੇ, ਇਹ ਕੰਪਨੀ ਵਾਰੰਟੀ ਦਿੰਦੀ ਹੈ, ਠੀਕ ਹੈ ਭਾਜੀ। ਅਤੇ ਕਿਸ ਨੇ ਕੋਈ ਗੱਲਬਾਤ ਸਵਾਲ ਜਾਂ ਪੁੱਛਣਾ ਠੀਕ ਹੈ, ਮੈਂ ਵੀ ਇਸੇ ਗੱਲ 'ਤੇ ਆਉਣਾ ਸੀਗਾ। ਦੇਖੋ ਜਿਹੜੀ ਕਬੋਟਾ ਦੀ ਸਰਵਿਸ ਹੈ, ਕਿੰਨੀ ਸੁਲੱਖਣ ਦੀ ਸਰਵਿਸ, ਬਹੁਤ ਸਭ ਤੋਂ ਘੱਟ ਸਰਵਿਸ ਹੈ। ਤੁਸੀਂ ਮੂੰਹ 'ਤੇ ਜੋ ਬਾਕੀ ਟਰੈਕਟਰਾਂ ਦੀ ਦੇ ਬਰਾਬਰ ਹੀ ਆ, 2-3 ਹਜ਼ਾਰ ਦੀ ਰੇਂਜ ਦੇ ਵਿੱਚ ਸਰਵਿਸ ਹੋ ਜਾਂਦੀ ਆ, ਉਹ ਮਹਿੰਗੀ ਨਹੀਂ ਹੈਗੀ ਸਰਵਿਸ, ਆਮ ਟਰੈਕਟਰਾਂ ਦੇ ਬਰਾਬਰ ਹੀ ਹੈ। 2-3 ਹਜ਼ਾਰ ਦੀ ਰੇਂਜ ਦੇ ਵਿੱਚ ਸਰਵਿਸ ਇਹਦੀ ਹੋ ਜਾਂਦੀ ਆ। ਇਹ ਕੋਈ ਮਨ 'ਚ ਭੁਲੇਖਾ ਨਾ ਰੱਖਿਓ, ਕਈ ਵਾਰੀ ਬੰਦਿਆਂ ਨੂੰ ਹੈਗਾ ਕਿ ਬ੍ਰਾਂਡ ਬਾਹਰ ਲਾਇਆ ਕਿ ਪਾਰਟਸ ਮਹਿੰਗਾ ਆ, ਸਰਵਿਸ ਮਹਿੰਗੀ ਆ, ਨਹੀਂ ਬਿਲਕੁਲ ਬਰਾਬਰ ਹੀ ਹੈਗਾ। ਜੇ ਪੰਜਾਬੀ 'ਚ ਕਹਿ ਦਈਏ ਵੀ ਹੱਡ ਮੋਟੇ ਹੀ ਲਾਏ ਵਾ, ਕੋਈ ਰਿਪੇਅਰ ਵਾਲਾ ਕੰਮ ਬਹੁਤਾ ਨਹੀਂ ਹੈਗਾ, ਠੀਕ ਆ। ਸੋ ਬਿਲਕੁਲ ਬੇਫਿਕਰ ਹੋ ਕੇ ਲੈ ਲਓ, ਕੋਈ ਇੱਦਾਂ ਦੀ ਗੱਲਬਾਤ ਨਹੀਂ ਹੈਗੀ। ਇਹ ਵੀ ਬਹੁਤ ਕਿਸਾਨਾਂ ਦੀ ਜ਼ੋਰਦਾਰ ਮੰਗ 'ਤੇ, ਪਿਛਲੇ 3-4 ਸਾਲ ਤੋਂ ਕਿਸਾਨਾਂ ਦੀ ਡਿਮਾਂਡ ਸੀਗੀ ਆਪਾਂ ਨੂੰ, ਤਕਰੀਬਨ ਤੁਹਾਡੀ ਸਾਰਿਆਂ ਦੀ ਕਿਰਪਾ ਨਾਲ 10 ਸਾਲ ਹੋ ਗਏ ਨਵਾਂ ਸ਼ਹਿਰ 'ਚ ਬੈਠਿਆਂ ਨੂੰ। ਪਿਛਲੇ 3-4 ਸਾਲ ਤੋਂ ਕਿਸਾਨਾਂ ਦੀ ਵਾਰ ਵਾਰ ਇਹੀ ਡਿਮਾਂਡ ਆਉਂਦੀ ਸੀਗੀ ਕਿ ਇਹੋ ਜਿਹਾ ਪ੍ਰੋਡਕਟ ਲਿਆਂਦਾ ਜਾਵੇ ਜੋ ਡੀਜ਼ਲ ਦੀ ਬੱਚਤ ਕਰੇ। ਸੋ ਆਪਾਂ ਸਾਰਿਆਂ ਕਿਸਾਨਾਂ ਦੀ ਜ਼ੋਰਦਾਰ ਮੰਗ 'ਤੇ ਕਬੋਟਾ ਤੁਹਾਡਾ ਨਵਾਂ ਸ਼ਹਿਰ ਦੇ ਵਿੱਚ ਏਜੰਸੀ ਓਪਨ ਕੀਤੀ ਆ, ਅਤੇ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਰਿਸਪੋਂਸ ਵਧੀਆ ਹੈਗਾ ਆ। ਤਕਰੀਬਨ ਆਪਾਂ ਨੂੰ ਹਜੇ 4-5 ਕੁ ਮਹੀਨੇ ਹੋਏ ਆ, 50 ਤੋਂ 60 ਟਰੈਕਟਰ ਤਕਰੀਬਨ ਸੇਲ ਹੋ ਗਏ ਆ। ਸੋ ਜਿਹੜਾ ਵੀ ਇੱਕ ਵਾਰ ਲੈ ਕੇ ਗਿਆ, ਉਸ ਤੋਂ ਬਾਅਦ 2 ਜਾਂ 3 ਬੰਦੇ 4 ਬੰਦੇ ਉਸ ਤੋਂ ਨਾਲ ਹੀ ਟਰੈਕਟਰ ਲੈਣੇ ਆਏ ਆ। ਕੋਈ ਪਹਿਲਾਂ ਨੇ ਬਰਾਤਾ, ਅਤੇ ਅੱਜ ਕਿੰਨੇ ਟਰੈਕਟਰ ਡਿਲੀਵਰੀ ਹੋਈ ਹੈ? ਅੱਜ ਸਰ ਆਪਾਂ 10 ਟਰੈਕਟਰ ਦੇ ਰਹੇ ਹਾਂ ਜੀ। ਹਾਂਜੀ, ਅਤੇ ਅੱਜ ਕਹਿ ਲਓ ਨਵਰਾਤਰਿਆਂ ਦੇ ਸ਼ੁਭ ਦਿਹਾੜੇ 'ਤੇ ਸਾਰੇ ਕਿਸਾਨ ਵੀਰਾਂ ਨੂੰ ਬਹੁਤ ਬਹੁਤ ਸਾਡੇ ਵੱਲੋਂ ਮੁਬਾਰਕਾਂ, ਅਤੇ ਬਹੁਤ ਹੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਟਾਈਮ ਕੱਢ ਕੇ ਸਾਡੇ ਕੋਲ ਪਹੁੰਚੇ ਨੇ। ਅਤੇ ਜਿਨ੍ਹਾਂ ਨੇ ਅੱਜ ਵੀਰਾਂ ਨੇ 10 ਟਰੈਕਟਰ ਲਏ ਆ, ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਅੱਜ ਨਵਰਾਤੇ ਦੇ ਸ਼ੁਭ ਦਿਹਾੜੇ 'ਤੇ। ਮਾਤਾ ਰਾਣੀ ਚੜ੍ਹਦੀਆਂ ਕਲਾ 'ਚ ਰੱਖੇ ਕੰਮ ਕਾਰ, ਅਤੇ ਬਸ ਦੁਸਹਿਰੇ 'ਤੇ ਤਾਂ ਤੁਸੀਂ ਆਪੇ ਹਿਸਾਬ ਲਾ ਸਕਦੇ ਜੀ। ਹਾਂਜੀ ਹਾਂਜੀ, ਮੈਂ ਕਿਹਾ ਜੀ 10 ਦੇ ਮਗਰ 30 ਆਉਣਗੇ, ਅਤੇ ਸੋ ਦੇਖੋ ਬਈ ਸਾਡੇ ਕੋਈ ਬਹੁਤੀ ਟੀਮ ਵਰਕ ਵੱਡਾ ਨਹੀਂ ਕੰਮ ਹੈਗਾ, ਟਰੈਕਟਰ ਆਟੋਮੈਟਿਕ ਕਾਊਂਟਰ 'ਤੇ ਹੀ ਵਿਕ ਰਿਹਾ ਆ। ਅਤੇ ਜਿਹੜਾ ਵੀ ਇੱਕ ਵਾਰੀ ਲੈ ਕੇ ਗਿਆ, ਨੈਕਸਟ ਉਸ ਤੋਂ ਬਾਅਦ 4 ਬੰਦਿਆਂ ਨੂੰ ਅੱਗੇ ਚੰਗਾ ਦੱਸਿਆ ਤਾਂ ਹੀ ਲੈਣਾ ਆ ਨਾ। ਸਾਡੇ ਕੋਲ ਇੱਥੇ ਸਾਡੇ ਪੁਰਾਣੇ ਕਸਟਮਰ ਮਹਿਰੂਪੁਰ 'ਤੇ ਬੈਠੇ ਸਰਦਾਰ ਗੁਰਮੀਤ ਸਿੰਘ ਜੀ, ਅਤੇ ਜਿਨ੍ਹਾਂ ਦੇ ਕੋਲ ਏਜੰਸੀ ਤੋਂ ਵੀ ਪਹਿਲਾਂ 4 ਸਾਲ ਪਹਿਲਾਂ ਟਰੈਕਟਰ ਵਰਤਿਆ ਸੀਗਾ, 5000 ਘੰਟਾ ਉਹਨੇ ਚਲਾਇਆ, ਅੱਛਾ ਰਿਸਪੋਂਸ ਦੇਖਿਆ, ਅਤੇ ਉਸ ਤੋਂ ਬਾਅਦ ਅੱਜ ਉਹਨੇ 4-wheel ਟਰੈਕਟਰ ਬੁੱਕ ਕਰਾਇਆ। ਅਤੇ ਸੋ ਸਾਡੇ ਪੁਰਾਣੇ ਗਾਹਕ ਬਹੁਤ ਚਿਰ ਦੇ ਵਧੀਆ ਢੰਗ ਨਾਲ ਸਾਡਾ ਜੁੜਿਓ ਆ, ਇੱਕ ਪਰਿਵਾਰਕ ਰਿਸ਼ਤਾ ਅਸੀਂ ਰੱਖਿਆ ਹੋਇਆ ਆ, ਅਤੇ ਸੋ ਉਸ ਦਾ ਹੀ ਰਿਸਪੋਂਸ ਦੇਖ ਕੇ ਅੱਜ 10 ਟਰੈਕਟਰ ਜਾ ਰਹੇ। ਸਰ ਕਹਿੰਦੇ ਕਿ 1000 ਘੰਟੇ ਪਿੱਛੇ ਤੁਸੀਂ 1000 ਲੀਟਰ ਬਚਾ ਲੈਂਦੇ ਹੋ, ਤਾਂ ਇਹਨਾਂ ਨੇ 5000 ਲੀਟਰ ਬਚਾ ਲਿਆ, 5 ਲੱਖ ਦਾ ਕੰਮ ਕਰ ਲਿਆ ਜੀ। ਅਸੀਂ ਘੱਟ ਤੋਂ ਘੱਟ 1 ਲੀਟਰ ਦੱਸਿਆ ਜੀ, ਵੈਸੇ 2-2.5 ਲੀਟਰ ਦਾ ਫਰਕ ਪਾਉਂਦਾ,
ਜਿਵੇਂ ਲਾ ਲਓ ਵੀ ਕਿਸਾਨ ਹੈ ਜੇ 1000 ਘੰਟੇ ਮਗਰ 2-2.5 ਲੱਖ ਦਾ ਹੀ ਕੰਮ ਹੋ ਗਿਆ, ਅਸੀਂ ਫਿਰ ਵੀ ਘੱਟ ਤੋਂ ਘੱਟ ਦੱਸਦੇ ਹਾਂ ਵੀ ਜੇਕਰ ਲੀਟਰ ਦਾ ਵੀ ਲਾਈਏ ਤਾਂ ਆਪੇ ਹੀ 1000 ਘੰਟੇ ਮਗਰ। ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ, ਤੁਸੀਂ ਕਿਸਾਨਾਂ ਨੂੰ ਖੁਦ ਪੁੱਛ ਸਕਦੇ ਹਾਂ। ਆਪਾਂ ਲਾਈਵ ਡੈਮੋ, ਜਿਹੜੀ ਡੈਮੋ ਵੀ ਲਾਈਵ ਦਿਖਾ ਲਈ ਉਹ ਆ, ਜਿਸ ਵੇਲੇ ਤੂੜੀ ਰੀਪਰ ਦਾ ਟਾਈਮ ਸੀਗਾ ਉਸ ਵੇਲੇ ਆਪਾਂ ਬਿਲਕੁਲ ਨਾਪਾ ਲਾ ਕੇ ਸਾਰਿਆਂ ਸਾਹਮਣੇ ਦਿਖਾਈ ਆ। ਤੇ ਜਿਹੜਾ ਕਿਸਾਨਾਂ ਦੇ ਬਿਲਕੁਲ ਜੀ, ਤੁਸੀਂ ਕੋਈ ਵੀ ਪੁਰਾਣਾ ਟਰੈਕਟਰ ਲੈ ਕੇ ਆ ਸਕਦੇ ਆ ਤੇ ਨਵਾਂ ਟਰੈਕਟਰ ਲੈ ਕੇ ਜਾ ਸਕਦੇ ਆ ਆਸਾਨ ਕਿਸ਼ਤਾਂ ਤੇ। ਦੀਵਾਲੀ ਦੁਸਹਿਰੇ ਤੋਂ ਵੀ ਖਾਸ ਆਫਰ, ਦੀਵਾਲੀ ਦੁਸਹਿਰੇ ਤੇ ਜੀ ਅਸੀਂ ਬਹੁਤ ਹੀ ਖਾਸ ਆਫਰ ਰੱਖੀ ਆ, ਇੱਕ ਲੱਕੀ ਡਰਾਅ ਸਿਸਟਮ ਚਲਾਇਆ ਹੈਗਾ ਜੀ ਕਿਸਾਨ ਭਰਾਵਾਂ ਲਈ। 1000 ਰੁਪਏ ਦਾ ਕੂਪਨ ਹੈਗਾ ਜੀ ਤੇ ਇਹ ਸਾਰਿਆਂ ਦੇ ਸਾਹਮਣੇ ਕੂਪਨ ਕੱਢੇ ਜਾਣਗੇ। ਜਿਸ ਵੀ ਕਿਸਾਨ ਦੀ ਕਿਸਮਤ ਆਪੋ ਆਪਣੀ ਆ, ਲੱਕੀ ਡਰਾਅ ਕੱਢਿਆ ਜਾਊਗਾ, ਜਿਸ ਦਾ ਵੀ ਕੂਪਨ ਨਿਕਲ ਗਿਆ ਪਹਿਲਾ ਇਨਾਮ ਕਬੂਟਾ ਟਰੈਕਟਰ, ਪਹਿਲਾ ਇਨਾਮ ਜਿਸ ਨੂੰ ਨਿਕਲ ਗਿਆ 1000 ਰੁਪਏ 'ਚ 8 ਲੱਖ ਦਾ ਟਰੈਕਟਰ ਨਿਕਲੇਗਾ, ਦੂਸਰਾ ਇਨਾਮ ਮੋਟਰਸਾਈਕਲ ਹੈਗਾ ਆ, ਇਸੇ ਤਰ੍ਹਾਂ 336 ਇਨਾਮ ਨੇ ਟੋਟਲ। ਕਿਸਾਨਾਂ ਵਾਸਤੇ ਅਸੀਂ ਬਹੁਤ ਵਧੀਆ ਚੀਜ਼ ਲਿਆਉਂਦੀ ਆ ਜੀ, ਦੀਵਾਲੀ ਦੁਸਹਿਰੇ ਦੇ ਫੈਸਟੀਵਲ 'ਤੇ ਆਪਾਂ ਇਹਨੂੰ ਕਰਾਂਗੇ। ਹਾਂਜੀ ਠੀਕ ਆ, ਉਹ ਸੋਰੀ ਸੋਰੀ, ਓਕੇ ਓਕੇ, ਚਲੋ ਚਲ ਠੀਕ। ਤਾਂ ਤਸਵੀਰਾਂ ਤੁਸੀਂ ਬਾਬਾ ਵਿਸ਼ਵਕਰਮਾ, ਤੁਸੀਂ ਇਹ ਤਸਵੀਰਾਂ ਦੇਖੀਆਂ ਕਿ ਇੱਥੇ ਇੱਕ ਤਰ੍ਹਾਂ ਦਾ ਮਾਹੌਲ ਦੇਖੋ ਤੁਸੀਂ, ਫੈਸਟੀਵਲ ਵਾਲਾ ਮਾਹੌਲ ਹੈ, ਪਕੌੜੇ ਕੱਢੇ ਜਾ ਰਹੇ ਆ। ਮੈਂ ਜਿਵੇਂ ਪਹਿਲਾਂ ਕਿਹਾ ਸੀਗਾ ਕਿ ਇਉਂ ਲੱਗਦਾ ਜਿਵੇਂ ਕਿਸਾਨ ਮੇਲਾ ਲੱਗਿਆ ਹੋਇਆ, ਔਰ ਬਾਬਾ ਵਿਸ਼ਵਕਰਮਾ ਟਰੈਕਟਰਸ ਦੇ ਅਸੀਂ ਮੌਜੂਦ ਹਾਂ। ਤਾਂ ਆਹ ਜੀ ਜਿਹੜੇ ਟਰੈਕਟਰਸ ਦੀ ਉਹ ਗੱਲ ਕਰ ਰਿਹਾ, 10 ਟਰੈਕਟਰ ਜਿਹੜੇ ਇਹ ਨੇ, ਇਹ ਅੱਜ ਕਿਸਾਨ ਵੀਰ ਪਹਿਲੇ ਨਰਾਤੇ ਵਾਲੇ ਦਿਨ ਲੈ ਕੇ ਜਾ ਰਹੇ ਆ। ਤਾਂ ਇਹ 10 ਟਰੈਕਟਰ ਨੇ, ਔਰ ਮੈਂ ਜਿਵੇਂ ਅੰਦਰ ਵੀ ਤੁਹਾਨੂੰ ਗੱਲ ਕੀਤੀ ਸੀ ਕਿ ਸਾਡੇ ਲਈ ਬਹੁਤ ਖਾਸ ਹੈ ਕਿਉਂਕਿ ਆਹ ਟਰੈਕਟਰ ਸਾਡੇ ਪਿੰਡ ਜਾਣਾ, ਔਰ ਜਿਵੇਂ ਅੰਦਰ ਸਰ ਉਹਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਾਡੇ ਪਿੰਡ ਵਾਲੇ 5000 ਕਿਲੋਮੀਟਰ ਟਰੈਕਟਰ ਜਿਹੜਾ ਉਹ ਚਲਾ ਚੁੱਕੇ ਆ, ਉਹਨਾਂ ਨੂੰ ਚੰਗਾ ਲੱਗਿਆ ਤਾਂ ਦੂਜਾ ਨਵਾਂ ਟਰੈਕਟਰ ਇਹ ਕਢਾ ਰਹੇ ਆ। ਤਾਂ ਆਹ 10 ਟਰੈਕਟਰਸ ਨੇ ਤੁਸੀਂ ਇੱਥੇ ਦੇਖ ਸਕਦੇ ਹੋ, ਰੈਪ ਕਰ ਦਿੱਤੇ ਆ, ਇਹ ਘਰ ਜਾ ਕੇ ਜਿਹੜੇ ਰੈਪ ਖੁੱਲ ਜਾਣੇ ਆ। ਤਾਂ ਇਹ 10 ਟਰੈਕਟਰ ਅੱਜ ਪਹਿਲੇ ਨਰਾਤੇ ਜਿਹੜੇ ਕਬੋਟਾ ਦੇ ਘਰ ਘਰ ਪਹੁੰਚ ਜਾਣੇ ਆ। ਅਤੇ ਇਹਨੂੰ ਦੇਖ ਕੇ ਤਾਂ ਮੈਨੂੰ ਇੱਕੋ ਗੱਲ ਦਿਮਾਗ 'ਚ ਆਉਂਦੀ ਹੈ, ਇਹ ਟਰੈਕਟਰ ਹੈ ਕਬੋਟਾ, ਇਹਨੂੰ ਕਹਿੰਦੇ ਸਾਇਲੈਂਟ ਝੋਟਾ, ਫਾਇਦਾ ਕਰਦਾ ਮੋਟਾ, ਫਾਇਦਾ ਇੰਨਾ ਕਰ ਦਿੰਦਾ ਕਿ ਕਿਸਾਨ ਦੇ ਹੱਥ 'ਚ ਹੀ ਕਲੀ ਹੱਥ 'ਚ ਹੀ ਝੋਟਾ। ਤਾਂ ਤੁਸੀਂ ਇਹ ਟਰੈਕਟਰ ਜੇ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਬਾਬਾ ਵਿਸ਼ਵਕਰਮਾ ਟਰੈਕਟਰਸ 'ਤੇ ਪਹੁੰਚ ਕੇ ਆਪਣੀ ਤਮੰਨਾ ਪੂਰੀ ਕਰ ਸਕਦੇ ਹੋ। ਜਾਂਦੇ ਜਾਂਦੇ ਆ ਲੁੱਕ ਦੇਖ ਲਓ, ਪੂਰੀ ਇੰਟਰਨੈਸ਼ਨਲ ਲੁੱਕ ਹੈ, ਔਰੇਂਜ ਕਲਰ ਹੈ, ਬਹੁਤ ਸਟਾਈਲਿਸ਼ ਹੈ, ਫੀਚਰਸ ਬਹੁਤ ਖਾਸ ਨੇ। ਜਿਹੜੇ ਫੀਚਰਸ ਨੇ ਇਹਦੇ ਉਹ ਅਸੀਂ ਇੱਕ ਸਪੈਸ਼ਲ ਵੀਡੀਓ ਅੱਜ ਬਣਾਉਂਦੇ ਕਿਉਂਕਿ ਅਸੀਂ ਵੀ ਆਏ, ਅਸੀਂ ਵੀ ਅਟਰੈਕਟ ਹੋਏ ਹਾਂ, ਤਾਂ ਇੱਕ ਸਪੈਸ਼ਲ ਵੀਡੀਓ ਬਣਾਵਾਂਗੇ ਔਰ ਉਹ ਅੱਜ ਸ਼ਾਮ ਜਾਂ ਕੱਲ੍ਹ ਸ਼ਾਮ ਤੱਕ ਪੋਸਟ ਕਰ ਦਾਂਗੇ। ਤਦ ਤੱਕ ਲਈ ਤੁਸੀਂ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਕਿਸਾਨ ਵੀਰਾਂ ਦਾ ਜ਼ਰੂਰ ਮੁਨਾਫਾ ਹੋਵੇ। ਸੁਣਨ ਵਿੱਚ ਇਹ ਆਇਆ ਕਿ ਟਰੈਕਟਰ ਜਿਹੜਾ ਆ ਤੇਲ ਦੀ ਬਹੁਤ ਬੱਚਤ ਕਰਦਾ, ਡੀਜ਼ਲ ਦੀ ਬਹੁਤ ਬੱਚਤ ਕਰਦਾ। ਬਣੇ ਰਹਿਣਾ ਜੀ ਵਿਪਤੀ ਨਵਾਂ ਸ਼ਹਿਰ ਨਾਲ, ਆਪਣੇ ਛੋਟੇ ਵੀ ਦਿਨੇਸ਼ਵਰੀ ਕੈਮਰਾ ਪਰਸਨ ਵਿੱਚ ਤੁਹਾਨੂੰ ਇਜਾਜ਼ਤ ਦਿਓ। ਬਹੁਤ ਜਲਦੀ ਫਿਰ ਤੋਂ ਹਾਜ਼ਰ ਹੁੰਦੇ ਹਾਂ, ਸਤਿ ਸ਼੍ਰੀ ਅਕਾਲ।